ਚਾਈਨਾ ਡੋਰ ਨੂੰ ਲੈ ਕੇ ਜਿੱਥੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਪਾਬੰਦੀ ਲਗਾ ਦਿੱਤੀ ਹੈ, ਉੱਥੇ ਹੀ ਬਾਵਜੂਦ ਇਸ ਦੇ ਕਿਤੇ ਨਾ ਕਿਤੇ ਹਾਲੇ ਵੀ ਚਾਈਨਾ ਡੋਰ ਵਿਕਦੀ ਨਜ਼ਰ ਆ ਰਹੀ ਹੈ। ਤੇ ਤਾਜ਼ਾ ਮਾਮਲਾ ਹੁਣ ਸਾਹਮਣੇ ਆਇਆ ਹੈ ਲੁਧਿਆਣਾ ਤੋਂ, ਜਿੱਥੇ ਕਿ ਇੱਕ ਵਿਅਕਤੀ ਦੇ ਗਲੇ ਦੇ ਵਿੱਚ ਚਾਈਨਾ ਦੀ ਡੋਰ ਲਿਪਟ ਗਈ। ਕਿਹਾ ਜਾ ਰਿਹਾ ਕਿ ਉਹ ਆਪਣੀ ਬੇਟੀ ਦੇ ਨਾਲ ਜਦੋਂ ਬਾਈਕ ਦੇ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਅਚਾਨਕ ਹੀ ਪੁਲ ਤੋਂ ਨਿਕਲਦੇ ਸਮੇਂ ਗਲ 'ਚ ਆ ਕੇ ਉਸਦੇ ਚਾਈਨਾ ਦੀ ਡੋਰ ਫਸ ਜਾਂਦੀ ਹੈ, ਜਿਸ ਤੋਂ ਬਾਅਦ 3 ਤੋਂ 4 ਇੰਚ ਡੂੰਘਾ ਕੱਟ ਉਸਦੀ ਗਰਦਨ 'ਤੇ ਲੱਗਦਾ, ਕਾਫ਼ੀ ਖੂਨ ਵਗਦਾ ਅਤੇ ਉਹ ਬੇਸੁੱਧ ਹੋ ਕੇ ਜ਼ਮੀਨ ਦੇ ਉੱਤੇ ਹੀ ਡਿੱਗ ਪੈਂਦਾ, ਜਿਸ ਤੋਂ ਬਾਅਦ ਉਸਦੀ ਬੇਟੀ ਨੇ ਲੋਕਾਂ ਦੀ ਮਦਦ ਦੇ ਨਾਲ ਆਪਣੇ ਪਿਤਾ ਨੂੰ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ, ਜਿਸ ਤੋਂ ਬਾਅਦ ਹੁਣ ਉਸਦਾ ਉੱਥੇ ਇਲਾਜ ਚੱਲ ਰਿਹਾ। ਫਿਲਹਾਲ ਹਾਲਤ ਖਤਰੇ ਤੋਂ ਬਾਹਰ ਹੈ, ਪਰ ਕਿਤੇ ਨਾ ਕਿਤੇ ਇਸ ਦੌਰਾਨ ਇਸ ਵਿਅਕਤੀ ਨੇ ਵੀ ਇੱਕ ਵਾਰ ਫਿਰ ਤੋਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਚਾਈਨਾ ਡੋਰ ਦੇ ਉੱਤੇ ਹੋਰ ਪਾਬੰਦੀ ਲਗਾਈ ਜਾਵੇ ਤਾਂ ਜੋ ਮੁੜ ਕੇ ਅਜਿਹਾ ਹਾਦਸਾ ਕਿਸੇ ਹੋਰ ਦੇ ਨਾਲ ਨਾ ਵਾਪਰ ਸਕੇ। ਹਾਲਾਂਕਿ ਦੱਸ ਦਈਏ ਕਿ ਚਾਈਨਾ ਡੋਰ ਦੇ ਕਾਰਨ ਕਈ ਪਸ਼ੂ ਪੰਛੀ ਵੀ ਇਸਦੀ ਚਪੇਟ ਦੇ ਵਿੱਚ ਆਉਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਨੇ। ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਇਸ ਦੇ ਉੱਤੇ ਪਾਬੰਦੀ ਲਗਾਈ ਹੈ, ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਪਰ ਬਾਵਜੂਦ ਇਸ ਦੇ ਕਿਤੇ ਨਾ ਕਿਤੇ ਹਾਲੇ ਵੀ ਚਾਈਨਾ ਡੋਰ ਧੜੱਲੇ ਨਾਲ ਵਿਕਦੀ ਨਜ਼ਰ ਆ ਰਹੀ ਹੈ। ਲੋੜ ਹੈ ਹੋਰ ਪਾਬੰਦੀ ਇਸ ਦੇ ਉੱਤੇ ਲਗਾਈ ਜਾਵੇ। ਅਜੀ ਮੈਂ ਜਗਰਾਓਂ ਪੁਲ ਤੋਂ ਆ ਰਿਹਾ ਸੀ, ਡੁਗਰੀ ਜਾ ਰਿਹਾ ਸੀ, ਘਰ ਵਾਲੀ ਸਾਈਡ ਇੱਕਦਮ ਡੋਰ ਅੱਗੇ ਆ ਗਈ, ਪੂਰੀ ਮੇਰੇ ਗਲੇ 'ਤੇ ਲਿਪਟ ਗਈ ਔਰ ਇੰਨੀ ਹਾਰਡ ਸੀ ਕਿ ਤੋੜਨੀ ਮੁਸ਼ਕਲ ਹੋ ਗਈ। ਬਸ ਬੜੀ ਮੁਸ਼ਕਲ ਨਾਲ ਬਾਈਕ ਕੰਟਰੋਲ ਹੋਇਆ ਅਤੇ ਬਲੱਡ ਨਿਕਲਿਆ ਕਾਫੀ, ਹੁਣ ਸਿਵਲ ਹੋਸਪਿਟਲ ਤੋਂ ਫਸਟ ਏਡ ਲਈ ਹੈ। ਅੱਛਾ ਜੀ, ਅਤੇ ਠੀਕ ਹੈ ਜੀ। ਹੁਣ ਕੀ ਨਾਮ ਕੀ ਹੈ ਤੁਹਾਡਾ? ਮੈਂ ਸੁਖਦੇਵ ਸਿੰਘ ਜੀ। ਅੱਛਾ ਜੀ, ਅਤੇ ਤੁਹਾਡੇ ਨਾਲ ਕੌਣ ਸੀ? ਮੇਰੀ ਬੇਟੀ ਹੈ ਜੀ। ਅੱਛਾ, ਬੇਟੀ ਸੀ। ਟੂ ਵੀਲਰ 'ਤੇ ਸੀਗੇ? ਹਾਂਜੀ, ਟੂ ਵੀਲਰ 'ਤੇ ਸੀਗੇ। ਮੈਂ ਟੂ ਵੀਲਰ 'ਤੇ ਬਾਈਕ 'ਤੇ ਸੀ ਜੀ, ਬੇਟੀ ਪਿੱਛੇ ਬੈਠੀ ਸੀ। ਬੇਟੀ ਦੇ ਤਾਂ ਨਹੀਂ ਲੱਗੀ ਸਾਡੀ? ਨਹੀਂ, ਬੇਟੀ ਦੇ ਨਹੀਂ ਲੱਗੀ ਜੀ, ਮੇਰੇ ਦੇ। ਮੈਂ ਜੋਬ ਕਰਦਾ ਜੀ ਜਲੰਧਰ 'ਚ। ਜੋਬ ਕਰਦੇ ਜੀ? ਕਿਤੇ ਇਹ ਤਾਂ ਨਹੀਂ ਹੋਇਆ ਸੀ ਜਦੋਂ ਡੋਰ ਫਸੀ ਅਚਾਨਕ ਨੀਚੇ ਗਿਰ ਗਈ, ਕੁਛ ਬਚਾਅ ਹੋ ਗਿਆ? ਨਹੀਂ, ਉਹ ਬਚਾਅ ਹੋ ਗਿਆ ਜੀ, ਇੱਕ ਵਾਰੀ ਸਲਿਪ ਤਾਂ ਹੋ ਗਿਆ ਸੀ ਪਰ ਥੋੜ੍ਹਾ ਬਚਾਅ ਹੋ ਗਿਆ ਜੀ। ਅੱਛਾ ਜੀ, ਇਹ ਕਿੱਥੇ ਕਰਕੇ ਹੋਇਆ ਸੀ ਜਗਰਾਓਂ ਪੁਲ? ਇਹ ਜਗਰਾਓਂ ਪੁਲ ਜੀ ਉੱਪਰ ਜੀ, ਪੁਲ ਤੋਂ ਲਾਈਟਾਂ ਤੋਂ ਥੋੜ੍ਹੀ ਜੀ ਪਿੱਛੇ। ਅੱਛਾ ਜੀ, ਕੀ ਲੱਗਦਾ ਤਾਂ ਡੋਰਾਂ 'ਤੇ ਬੈਨ ਸਰਕਾਰ? ਬਿਲਕੁਲ ਹੋਣਾ ਚਾਹੀਦਾ ਜੀ, ਬੈਨ ਹੋਣਾ ਚਾਹੀਦਾ। ਉਹ ਤਾਂ ਚਲੋ ਇੱਕ ਪਰਮਾਤਮਾ ਵੱਲੋਂ ਸੀ ਕਿ ਬਚਾਅ ਹੋ ਗਿਆ। ਪੁਲਿਸ ਵੱਲੋਂ ਇੰਨੀ ਸਖਤੀ ਕੀਤੀ ਗਈ, ਇੰਨੇ ਪਰਚੇ ਦਿੱਤੇ ਗਏ ਪੂਰੇ ਪੰਜਾਬ ਦੇ ਵਿੱਚ, ਕਿਤੇ ਨਾ ਕਿਤੇ ਇੱਦਾਂ ਦੀਆਂ ਚੀਜ਼ਾਂ ਲੋਕ ਵੇਚ ਰਹੇ ਆ ਅਤੇ ਲੋਕ ਉਡਾ ਰਹੇ। ਬਿਲਕੁਲ ਜੀ, ਵੇਚਣ ਵਾਲਿਆਂ ਦੀ ਵੀ ਹੈ ਔਰ ਉਡਾਉਣ ਵਾਲਿਆਂ ਦੀ ਵੀ, ਸਭ ਦੀ ਗਲਤੀ ਹੈ। ਕਿਵੇਂ ਦੇਖਦੇ ਹੋ ਹਰ ਟਾਈਮ ਇੱਦਾਂ ਦੇ ਹਾਦਸੇ ਹੁੰਦੇ, ਕਈ ਲੋਕ ਇੱਦਾਂ ਦੇ ਜਿਨ੍ਹਾਂ ਦੀ ਜਾਨ ਵੀ ਚਲ ਗਈ ਇਸ ਚੀਜ਼ ਨੂੰ? ਦੇਖੋ, ਜਿੰਨੀ ਕੁ ਮੈਂ ਸਮਝਦਾ ਉਡਾਉਣ ਵਾਲੇ ਜ਼ਿੰਮੇਵਾਰ ਹੈ, ਵੇਚਣ ਵਾਲੇ ਜ਼ਿੰਮੇਵਾਰ ਹੈ, ਕਿਉਂ ਨਹੀਂ ਗੌਰਮੈਂਟ ਇੱਦਾਂ ਦੀ ਕੰਪਨੀਆਂ 'ਤੇ ਬੈਨ ਲਗਾ ਦਿੰਦੀ ਜਿਹੜੀਆਂ ਬਣਾਉਂਦੀਆਂ? ਇੱਕ ਚੀਜ਼ ਬਣੂਗੀ ਨਹੀਂ ਤਾਂ ਵਿਕੂਗੀ ਕਿੱਦਾਂ? ਜੇ ਵਿਕੂਗੀ ਨਹੀਂ ਤਾਂ ਉਡਾਊਗਾ ਕੋਈ ਕਿੱਦਾਂ? ਸੋ ਮੋਸਟਲੀ ਕਿ ਕਿਤੇ ਨਾ ਕਿਤੇ ਸਰਕਾਰਾਂ ਵੀ ਜ਼ਿੰਮੇਵਾਰ ਨੇ ਇਸ ਚੀਜ਼ ਲਈ। ਅਤੇ ਹੁਣ ਜਦੋਂ ਤੁਹਾਡੇ ਗਰਦਨ 'ਚ ਡੋਰ ਫਸੀ ਜੀ, ਅਤੇ ਕੋਈ ਪਿੱਛੋਂ ਕੋਈ ਵਹੀਕਲ ਆ ਰਿਹਾ ਸੀਗਾ, ਕੋਈ ਐਕਸੀਡੈਂਟ ਦਾ ਤਾਂ ਨਹੀਂ ਕਾਰਨ ਬਣਿਆ ਕੁਛ? ਖੈਰ ਸ਼ਾਇਦ ਰਸ਼ ਘੱਟ ਸੀ, ਨਹੀਂ ਤਾਂ ਅਮੂਮਨ ਬਹੁਤ ਰਸ਼ ਹੁੰਦਾ ਸੰਡੇ ਕਰਕੇ, ਉੱਥੇ ਰਸ਼ ਵੀ ਨਹੀਂ ਸੀ ਅਤੇ ਇੱਕ ਸਰਦਾਰ ਜੀ ਨਾਲ ਸੀ, ਫਿਰ ਉਹਨਾਂ ਨੇ ਕਾਫੀ ਹੈਲਪ ਕੀਤੀ, ਨਾਲ ਨਾਲ ਬਾਈਕ ਰੱਖਿਆ, ਕੋਈ ਇੱਕਦਮ ਹਨੇਰਾ ਗਿਆ ਮੇਰੀ ਅੱਖਾਂ ਅੱਗੇ, ਤਾਂ ਬੇਟੀ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਸਰ ਨਾਲ ਨਾਲ ਰਹਿਣਾ, ਅਤੇ ਸੰਡੇ ਕਰਕੇ ਕੋਈ ਡਾਕਟਰ ਵੀ ਨਹੀਂ ਮਿਲਿਆ, ਫਿਰ ਅਸੀਂ ਸਿੱਧਾ ਸਿਵਲ ਹੋਸਪਿਟਲ ਆਏ। ਅੱਛਾ ਜੀ, ਅਤੇ ਈਵਨ ਬਾਹਰ ਸਾਨੂੰ ਰੋਕਿਆ ਗਿਆ ਜੀ, ਉਹ ਪਰਚੀ ਕਟਾਓ ਜੀ, ਆਹ ਕਰੋ ਜੀ, ਮੈਂ ਕਿਹਾ ਯਾਰ ਮੇਰੇ ਚੋਟ ਲੱਗੀ ਹੈ, ਅਤੇ ਫਿਰ ਅਸੀਂ ਅੱਗੇ ਅੰਦਰ ਤੱਕ ਆ ਗਏ ਅਤੇ ਚਲੋ ਠੀਕ ਅਟੈਂਡ ਕੀਤਾ ਹੋਸਪਿਟਲ ਵਾਲਿਆਂ ਨੇ। ਅੱਛਾ ਜੀ, ਠੀਕ ਰਿਹਾ ਜੀ। ਅਤੇ ਟਾਂਕੇ ਲੱਗੇ ਜੀ ਤੁਹਾਡੇ? ਨਹੀਂ, ਸਟਿਚਿਸ ਤਾਂ ਨਹੀਂ ਲੱਗੇ ਜੀ, ਸਟਿਚਿਸ ਦਾ ਬਚਾ ਰਿਹਾ ਕਿਉਂਕਿ ਕੋਈ ਨਾੜ ਨਹੀਂ ਕੱਟੀ ਗਈ, ਕਿਉਂਕਿ ਗਲੇ ਦਾ ਮਾਮਲਾ ਸੀ, ਕੋਈ ਵੇਨ ਕੱਟੀ ਜਾਂਦੀ ਤਾਂ ਬਹੁਤ ਦਿੱਕਤ ਹੋ ਜਾਣੀ ਸੀ। ਤੇ ਘਰੋਂ ਨਿਕਲਦੇ ਸੋਚਿਆ ਨਹੀਂ ਸੀਗਾ ਕਿ ਮੇਰੇ ਨਾਲ? ਬਿਲਕੁਲ ਨਹੀਂ ਸੋਚਿਆ ਜੀ, ਬਿਲਕੁਲ ਨਹੀਂ ਸੋਚਿਆ, ਮੈਂ ਡੁਗਰੀ ਤੋਂ ਆਇਆ, ਕੋਈ ਇੱਦਾਂ ਨਹੀਂ ਸੋਚਿਆ ਥੋੜ੍ਹਾ ਹੁੰਦਾ। ਮੈਂ ਇੱਥੋਂ ਆਇਆ ਸੀ ਜੀ, ਬਾਈਪਾਸ ਤੋਂ ਕਿਸੇ ਕੰਮ ਗਿਆ ਸੀ, ਵਾਪਸ ਜਾ ਰਿਹਾ ਸੀ, ਘਰੇ ਜਾ ਰਹੇ? ਹਾਂਜੀ ਹਾਂਜੀ, ਠੀਕ ਹੈ।